ਮਿੱਤਰੋ ਹਰਿਆਣੇ ਦੇ ਵਿੱਚ ਪਿੰਡ ਪੈਂਦਾ ਸੰਤ ਨਗਰ। ਸੰਤ ਨਗਰ ਪਿੰਡ ਤੋਂ ਜਦੋਂ ਆਪਾਂ ਬਾਹਰ ਬਾਹਰ ਜਾਈਏ ਨਾ ਤਾਂ ਢਾਣੀ ਆਉਂਦੀ ਆ ਬਾਗ ਵਾਲਿਆਂ ਦੀ। ਬਾਗ ਵਾਲੇ ਵੱਜਦੇ ਆ ਬਾਪੂ ਹਰਮੇਸ਼ ਸਿੰਘ ਜੀ ਦੀ ਢਾਣੀ ਆ, ਤੇ ਉੱਥੇ ਨੁਕਰਾ ਵਛੇਰਾ ਰੱਖਿਆ ਪਿਆ ਨਵਾਬ। ਬੰਦੇ ਪੁਰਾਣਾ ਸ਼ੌਂਕ ਰੱਖਦੇ ਆ, ਚਿਰਾਂ ਤੋਂ ਹੀ ਦਾਦੇ ਪੜਦਾਦਿਆਂ ਤੋਂ ਘੋੜੇ ਘੋੜੀਆਂ ਰੱਖਦੇ ਆ ਰਹੇ ਆ। ਸੋ ਸੰਤ ਨਗਰ ਪਿੰਡ ਦਾ ਨਵਾਬ ਘੋੜਾ ਦਿਖਾਉਣ ਲੱਗਿਆ ਤੁਹਾਨੂੰ। ਹਾਲੇ ਦੋ ਦੰਦ ਹੋਇਆ ਉਮਰ ਦੇ ਵਿੱਚ ਤੇ ਕੱਦ 67 ਇੰਚ ਕਰ ਗਿਆ। ਖਾਨਦਾਨ ਬਾਹਲਾ ਜ਼ਿਆਦਾ ਚੰਗਾ ਵਛੇਰੇ ਦਾ, ਜਿੱਥੋਂ ਤੱਕ ਮੇਰਾ ਅੰਦਾਜ਼ਾ ਗਾ ਵੀ ਉਸ ਏਰੀਏ ਦੇ ਆਸ ਪਾਸ ਜੇ ਕੋਈ ਆਪਾਂ ਚੰਗਾ ਨੁਕਰਾ ਘੋੜਾ ਭਾਲਦੇ ਹੋਈਏ ਸਟੱਡ ਸਰਵਿਸ ਲੈਣ ਵਾਸਤੇ, ਤਾਂ ਜੇ ਤੁਸੀਂ ਗੇੜਾ ਕੱਢ ਕੇ ਦੇਖੋਗੇ ਨਾ ਤਾਂ ਇਸ ਘੋੜੇ 'ਤੇ ਨਾ ਤੁਹਾਡਾ ਮਨ ਖੁੱਭ ਜਾਣਾ ਗਾ ਘੋੜੀ ਮੇਟ ਕਰਾਉਣ ਵਾਸਤੇ। ਸੋ ਉਮਰ ਦੇ ਹਿਸਾਬ ਨਾਲ ਹਾਲੇ ਕਾਦੇ ਨੇ ਹੋਰ ਵੀ ਕਰਨਾ, 67 ਇੰਚ ਹਾਈਟ ਹੁਣ ਕਰ ਗਿਆ। ਅਤੇ ਇਹਦੇ ਜੇ ਆਪਾਂ ਖਾਨਦਾਨ ਦੀ ਗੱਲ ਕਰੀਏ ਤਾਂ ਪਿਓ ਵਾਲੇ ਪਾਸੋਂ ਇਹ ਸਾਲੀ ਵਾਲੀ ਲੈਣ ਦੇ ਵਿੱਚੋਂ ਆ ਗਿਆ, ਰੌਲੀ ਵਾਲੇ ਅਰਜਨ ਦਾ ਪੋਤਾ ਦੋਸਤੋ ਇਹ, ਅਤੇ ਬਿਤਾਬ ਘੋੜੇ ਦਾ ਬੱਚਾ ਗਾ। ਅਤੇ ਜੇ ਆਪਾਂ ਮਾਂ ਵਾਲੇ ਪਾਸਿਓਂ ਗੱਲ ਕਰੀਏ ਤਾਂ 64 ਇੰਚ ਹਾਈਟ ਦੀ ਘੋੜੀ ਆ ਇਹਦੀ ਮਾਂ ਨੁਕਰੀ ਆ, ਅਤੇ ਬਾਈ ਹੋਣਾਂ ਦੇ ਘਰੇ ਹੀ ਖੜ੍ਹੀ ਆ। ਇਹਨਾਂ ਦੇ ਫਾਰਮ ਦੇ ਉੱਤੇ ਹੀ ਇਹ ਵਛੇਰਾ ਬਰੀਡ ਹੋਇਆ ਗਾ। ਬਹੁਤ ਜ਼ਿਆਦਾ ਚੰਗੀ ਘੋੜੀ ਆ ਗਈ ਸੂਰੇ ਵਾਲੀ ਬਲੱਡ ਲਾਈਨ ਦੀ, ਗਿਆਨ ਸਿੰਘ ਵਾਲੇ ਘੋੜੇ ਦੀ ਬੱਚੀ ਆ ਦੋਸਤੋ। ਸੋ ਜਿਹੜੇ ਵੀ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀ ਆ, ਬੰਦਿਆਂ ਨੇ ਫੀਸ ਬੜੀ ਜਾਇਜ਼ ਰੱਖੀ ਵੀ ਆ, 15,000 ਰੁਪਈਆ ਮੀਟਿੰਗ ਫੀਸ ਆ ਦੋਸਤੋ। ਅਤੇ ਉਹਦੇ ਵਿੱਚ ਕੋਈ ਤੁਹਾਨੂੰ ਐਂ ਸੋਚਣ ਵਿਚਾਰਨ ਦੀ ਲੋੜ ਨਹੀਂ ਹੈਗੀ ਵੀ ਬੰਦੇ ਯਾਰ ਇੱਕ ਦੋ ਵਾਰੀ ਘੋੜਾ ਛੱਡ ਕੇ ਖਬਣੀ ਚੁੱਪਣਾ ਕਰ ਜਾਣ ਅਤੇ ਘੋੜੀ ਤੁਹਾਨੂੰ ਗੱਭਣ ਕਰਾ ਕੇ ਦੇਣਗੇ। ਹਾਂ, ਇਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਜੇ ਕੁਦਰਤੀ ਆਪਣੀ ਘੋੜੀ ਦੇ ਵਿੱਚ ਕੋਈ ਫਲਟ ਹੋਵੇ ਅਤੇ ਆਪਾਂ 3-4 ਵਾਰੀ ਘੋੜੀ ਮੇਟ ਕਰਾ ਲਈ, ਆਪਾਂ ਨੂੰ ਲੱਗੇ ਯਾਰ ਵੀ ਹੁਣ ਆਪਣੇ ਆਪ ਦੇ ਹੱਥ ਖੜ੍ਹੇ ਆ ਘੋੜੀ ਦੇ ਵਿੱਚ ਪ੍ਰੋਬਲਮ ਆ, ਤਾਂ ਤੁਸੀਂ ਆਪ ਚੁੱਪ ਕਰ ਜਾਓਗੇ। ਤਾਂ ਪਰ ਬੰਦਿਆਂ ਨੇ ਤੁਹਾਨੂੰ ਘੋੜੀ ਮੇਟ ਕਰਾਉਣ ਵਾਸਤੇ ਨਾ ਨਹੀਂ ਕਹਿਣੀ। ਸੋ ਕਾਫੀ ਚੰਗੀਆਂ ਚੰਗੀਆਂ ਘੋੜੀਆਂ ਇਹ ਤੋਂ ਮੇਟ ਹੋ ਗਈਆਂ। ਆਹ 2-2.5 ਮਹੀਨੇ ਪਹਿਲਾਂ ਆਪਾਂ ਇਹਦੀ ਵੀਡੀਓ ਕੀਤੀ ਸੀਗੀ, ਅਤੇ ਉਦੋਂ ਬਾਅਦ ਬਹੁਤ ਸਾਰੀਆਂ ਚੰਗੀਆਂ ਘੋੜੀਆਂ ਇਹ ਤੋਂ ਕਵਰ ਹੋਈਆਂ ਨੇ ਦੋਸਤੋ, ਅਤੇ ਕੁਛ ਕੁ ਟਾਈਮ ਤੱਕ ਇਹਦੇ ਰਿਜ਼ਲਟ ਵੀ ਆ ਜਾਣੇ ਆ, ਅਤੇ ਤੁਹਾਨੂੰ ਫਿਰ ਆਪਾਂ ਇਹਦੇ ਬੱਚੇ ਦਿਖਾਵਾਂਗੇ। ਰਿਜ਼ਲਟ ਵੀ ਚੰਗੇ ਹੀ ਆਉਣੇ ਆ ਕਿਉਂਕਿ ਲਾਈਨ ਦੋਨਾਂ ਪਾਸਿਆਂ ਤੋਂ ਬੜੀ ਚੰਗੀ ਆ। ਇੱਕ ਪਾਸੇ ਸੂਰੇ ਵਾਲੀ ਲਾਈਨ ਆ ਗਈ ਮਾਂ ਵਾਲੇ ਪਾਸਿਓਂ, ਅਤੇ ਦੂਜੇ ਪਾਸੇ ਸਾਲੀ ਵਾਲੀ ਲਾਈਨ ਆ ਗਈ। ਨੰਬਰ ਆਪਾਂ ਦੇ ਤੇ ਬਿਰਕ ਸਟੱਡ ਫਾਰਮ ਵਾਲਿਆਂ ਦੇ ਅੰਕਲ ਮਲਕ ਸਿੰਘ ਜੀ ਦੇ, ਅਤੇ ਬਾਈ ਗੋਪੀ ਦਾ ਨੰਬਰ ਦੇ ਤਾ ਸਕਰੀਨ ਦੇ ਉੱਤੇ। ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ, ਨੰਬਰ ਕਰ ਲਿਓ ਨੋਟ। ਬੰਦੇ ਬੜੇ ਡਾਊਨ ਟੂ ਅਰਥ ਆ, ਘੋੜਾ ਵੀ ਬੜਾ ਚੰਗਾ ਗਾ, ਪ੍ਰੈਕਟਿਸ ਬੜੀ ਕਰਾਉਂਦੇ ਆ ਡੇਲੀ, ਇਹਦੀ ਤਿਆਰ ਬੜਾ ਹੋਇਆ ਵਿਆ, ਮਜ਼ਬੂਤ ਵੀ ਆ ਅਤੇ ਸੱਪਣ ਦੇ ਵਿੱਚ ਕੱਦ ਕਾਠੀ ਵਾਲੇ ਪਾਖਿਓਂ। ਮੈਂ ਕਹਿਣਾ ਯਾਰ ਕੋਈ ਤੋੜ ਹੀ ਨਹੀਂ ਘੋੜੇ ਦਾ। ਸੋ ਜੇ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀ ਆ ਤਾਂ ਸੰਤ ਨਗਰ ਪਿੰਡ ਜਾ ਕੇ ਇਸ ਨਵਾਬ ਵਛੇਰੇ ਤੋਂ ਤੁਸੀਂ ਸਰਵਿਸ ਲੈ ਲਓ, ਘੋੜਾ ਚੰਗਾ ਬਹੁਤ ਆ। ਹਾਲੇ ਤਾਂ ਇਹਨੇ ਹੋਰ ਵੀ ਤਿਆਰ ਹੋਣਾ।